ਉਧਰ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਗ ਕੀਤੀ ਹੈ ਕਿ ਦੇਸ਼ ਦੇ ਲਈ ਸ਼ਹੀਦ ਹੋਣ ਵਾਲੇ ਸ਼ਹੀਦ ਉਧਮ ਸਿੰਘ ਦੀ ਤਸਵੀਰ ਪਾਰਲੀਮੈਂਟ ਦੀ ਗੈਲਰੀ ਵਿਚ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਗ ਦੀ ਪੂਰਤੀ ਦੇ ਲਈ ਮੌਨਸੂਨ ਸੈਸ਼ਨ ਤੋਂ ਪਹਿਲਾਂ ਲੋਕ ਸਭਾ ਸਪੀਕਰ ਦੇ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲੈਣ ਵਾਲੇ ਸ਼ਹੀਦਾਂ ਦੀਆਂ ਤਸਵੀਰਾਂ ਪਾਰਲੀਮੈਂਟ ਗੈਲਰੀ ਵਿਚ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਇਸੇ ਲਈ ਹੀ ਆਜ਼ਾਦੀ ਖਾਤਰ ਜਾਨ ਦੇਣ ਵਾਲੇ ਸ਼ਹੀਦ ਉਧਮ ਸਿੰਘ ਦੀ ਤਸਵੀਰ ਵੀ ਸੰਸਦ ਗੈਲਰੀ ਵਿਚ ਲਾਈ ਜਾਵੇ। ਪਾਰਲੀਮੈਂਟ ਦੀ ਗੈਲਰੀ ਵਿੱਚ ਲਾਉਣ ਲਈ ਮੈਡਮ ਸਪੀਕਰ ਨੂੰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਮਿਲਾਂਗਾ, ਕਿਉਂਕਿ 100 ਸਾਲਾਂ ਜਲ੍ਹਿਆਂਵਾਲੇ ਬਾਗ ਦਾ ਮਨਾਇਆ ਜਾ ਰਿਹਾ ਅਗਲੇ ਸਾਲ, ਔਰ ਸਾਨੂੰ ਇਸ ਗੱਲ 'ਤੇ ਸ਼ਰਮਸ਼ਾਰਮ ਹੀ ਆ ਕਿ ਭਾਰਤ ਦੀ ਪਾਰਲੀਮੈਂਟ ਦੀ ਗੈਲਰੀ 'ਚ ਸਭ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀਆਂ ਫੋਟੋਆਂ ਲੱਗੀਆਂ। ਪਰ ਸ਼ਹੀਦ ਊਧਮ ਸਿੰਘ ਜਿਨ੍ਹਾਂ ਦੀ ਕੁਰਬਾਨੀ ਕਰਕੇ, ਜਿਨ੍ਹਾਂ ਦੀ ਬਦੌਲਤ ਮੈਂ ਕਹਿ ਸਕਦਾ ਕਿ ਅੰਗਰੇਜ਼ ਅਜੇ ਸ਼ਾਇਦ ਹਿੰਦੁਸਤਾਨ ਨੂੰ 100 ਸਾਲ ਨਾ ਛੱਡਦੇ, ਜੇ ਸ਼ਹੀਦ ਊਧਮ ਸਿੰਘ ਅੰਗਰੇਜ਼ ਦੇ ਘਰੇ ਜਾ ਕੇ ਮਾਈਕਲ ਅਡਵਾਜ ਨੂੰ ਕਤਲ ਨਾ ਕਰਦੇ ਨੇ, ਦੇਸ਼ ਲਈ ਆਪਣੀ ਜਾਨ ਵਾਰੀ ਹੋਵੇ, ਉਹਨਾਂ ਦੀ ਫੋਟੋ ਜਿਹੜੀ ਆ ਭਾਰਤ ਦੀ ਪਾਰਲੀਮੈਂਟ ਦੀ ਗੈਲਰੀ ਵਿੱਚ ਲੱਗਣੀ ਚਾਹੀਦੀ ਹੈ। ਇਹ ਮੰਗ ਇਸ ਵਾਰੀ ਪਾਰਲੀਮੈਂਟ ਸੈਸ਼ਨ ਵਿੱਚ ਵੀ ਉਠਾਈ ਜਾਏਗੀ, ਔਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੈਡਮ ਸਪੀਕਰ ਨੂੰ ਮਿਲ ਕੇ ਵੀ। Thank you.